ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਇਕੱਠ ਹੋਵੇਗਾ ਅਤੇ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਾਂਸਦ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਵੱਡੇ ਪੰਥਕ ਇਕੱਠ ਦੀ ਤਿਆਰੀ ਚੱਲ ਰਹੀ ਹੈ। 19 ਅਗਸਤ ਨੂੰ ਬਾਬਾ ਬਕਾਲਾ ਵਿੱਚ ਇਹ ਵੱਡਾ ਇਕੱਠ ਹੋਣ ਜਾ ਰਿਹਾ ਹੈ ਅਤੇ ਤਿਆਰੀ ਚੱਲ ਰਹੀ ਹੈ। ਇਕੱਠ ਵਿੱਚ ਫਰੀਦਕੋਟ ਤੋਂ ਸਾਂਸਦ ਸਰਬਜੀਤ ਸਿੰਘ ਖਾਲਸਾ ਵੀ ਸ਼ਾਮਲ ਹੋਣਗੇ। ਇਕੱਠ ਨੂੰ ਲੈ ਕੇ ਪੋਸਟਰ ਜਾਰੀ ਕੀਤਾ ਗਿਆ ਤਾਂ ਇੱਥੇ ਦੱਸ ਦਈਏ ਕਿ 19 ਅਗਸਤ ਨੂੰ ਬਾਬਾ ਬਕਾਲਾ ਵਿੱਚ ਇਕੱਠ ਹੋਵੇਗਾ। ਵੱਡੇ ਪੰਥਕ ਇਕੱਠ ਦੀ ਤਿਆਰੀ ਨਜ਼ਰ ਆ ਰਹੀ ਹੈ ਅਤੇ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਇਹ ਇਕੱਠ ਕੀਤਾ ਜਾਵੇਗਾ। ਅਤੇ ਇਸ ਸਮੇਂ ਸਾਡੇ ਸਹਿਯੋਗੀ ਵਿਸ਼ਵਜੀਤ ਜੁੜ ਗਏ ਨੇ ਜ਼ਿਆਦਾ ਜਾਣਕਾਰੀ ਦੇਣ ਲਈ। ਵਿਸ਼ਵਜੀਤ, ਤਮਾਮ ਜਾਣਕਾਰੀ ਚਾਹਵਾਂਗੇ, ਇਹ ਜੋ ਇਕੱਠ ਨੂੰ ਲੈ ਕੇ ਨੋਟਿਸ ਜਾਰੀ ਹੋਇਆ, 19 ਅਗਸਤ ਤਰੀਕ ਅਸੀਂ ਇਸ 'ਤੇ ਦੇਖ ਪਾ ਰਹੇ ਹਾਂ। ਜੀ ਜੀ ਬਿਲਕੁਲ, ਜੋ ਇਤਿਹਾਸ ਦੇ ਵਿੱਚ ਰੱਖੜ ਪੁੰਨਿਆ ਜਿਹੜਾ ਮੇਲਾ ਜਿਹੜਾ ਬਣਾਇਆ ਜਾਂਦਾ ਬਾਬਾ ਬਕਾਲਾ ਸਾਹਿਬ ਦੇ ਵਿੱਚ, ਸਿਆਸੀ ਪਾਰਟੀਆਂ ਜਿਹੜੀਆਂ ਵੱਖ ਵੱਖ ਜਿਹੜੀਆਂ ਸਮੋਲਿਤ ਕਰਦੀਆਂ ਨੇ, ਇਸੇ ਤਰੀਕੇ ਦੇ ਨਾਲ ਰੱਖੜ ਪੁੰਨਿਆ ਦੇ ਬਾਬਾ ਬਕਾਲਾ ਸਾਹਿਬ ਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਜਿਹੜਾ ਹੈ ਕਿ ਉਹਨਾਂ ਵੱਲੋਂ ਇੱਕ ਪੋਸਟਰ ਜਿਹੜਾ ਦਿੱਤਾ ਗਿਆ ਕਿ ਜੋ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਜਿਹੜਾ ਹੈ ਉੱਥੇ ਇੱਕ ਬੈਠਕ ਹੋਊਗੀ ਜਿੱਥੇ ਉਹਨਾਂ ਦੇ ਵੀ ਦੀਵਾਨ ਜਿਹੜੇ ਸੱਜਣਗੇ। ਇਸ ਤਰੀਕੇ ਦੇ ਨਾਲ ਪੰਥਕ ਇਕਾਗਰਤਾ ਜਿਹੜੀ ਦਿਖਾਈ ਜਾਊਗੀ ਤਾਂ ਉੱਥੇ ਜਿਹੜੀ ਹੈ ਗੱਲਬਾਤ ਜਿਹੜੀ ਹੈ ਇਸ ਸਿੱਖਣ ਦੀ ਜਿਹੜੀ ਚੱਲੂਗੀ। ਤੇ ਵਿਸ਼ਵਜੀਤ, ਕੌਣ ਕੌਣ ਇਸ ਇਕੱਠ ਵਿੱਚ ਸ਼ਾਮਲ ਹੋਵੇਗਾ? ਫਿਲਹਾਲ ਤਾਂ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਘਰ ਨਿੱਜੀ ਘਰ ਦੇ ਵਿੱਚ ਮੌਜੂਦ ਹਾਂ ਤਾਂ ਉਹਨਾਂ ਦੇ ਮਾਤਾ ਪਿਤਾ ਦੇ ਨਾਲ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਨੇ ਇਹ ਕਿਹਾ ਕਿ ਭਾਈ ਸਰਬਜੀਤ ਸਿੰਘ ਖਾਲਸਾ ਜਿਹੜੇ ਨੇ ਉਹ ਇਸ ਟਾਈਮ ਜੋ ਵੀ ਮਤਲਬ ਕਿ ਉਲੀਕਣਗੇ, ਜੋ ਵੀ ਉਹਨਾਂ ਦੇ ਅਗਲੇ ਪ੍ਰੋਗਰਾਮ ਹੋਣਗੇ ਉਲੀਕਣਗੇ, ਉਸ ਤਰੀਕੇ ਦੇ ਨਾਲ ਜਿਹੜੀਆਂ ਵੀ ਜਥੇਬੰਦੀਆਂ ਹੋਣਗੀਆਂ, ਜਿਹਨਾਂ ਵੀ ਜਥੇਬੰਦੀਆਂ ਨੂੰ ਸੱਦਾ ਦਿੱਤਾ ਜਾਊਗਾ ਉਹ ਜਥੇਬੰਦੀਆਂ ਜਿਹੜੀਆਂ ਉਸ ਵਿੱਚ ਜ਼ਰੂਰ ਜਿਹੜੀਆਂ ਸ਼ਾਮਿਲ ਹੋਣਗੀਆਂ। ਹਾਲਾਂਕਿ ਜਿਹੜੀ ਹੈ ਪ੍ਰਵਾਨਕ ਤੌਰ ਤੇ ਇਹ ਅਜੇ ਗੱਲ ਜਿਹੜੀ ਨਹੀਂ ਬਾਹਰ ਨਿਕਲ ਕੇ ਆ ਰਹੀ, ਪਰੰਤੂ ਅਸੀਂ ਬਿਲਕੁਲ ਉਹਨਾਂ ਦੇ ਨਿੱਜੀ ਪਰਿਵਾਰ ਦੇ ਵਿੱਚ ਗੱਲਬਾਤ ਕਰ ਚੁੱਕੇ ਹਾਂ, ਉਹਨਾਂ ਵੱਲੋਂ ਵੀ ਅਜੇ ਜਿਹੜਾ ਕੁਛ ਵੀ ਸਾਹਮਣੇ ਨਹੀਂ ਆਇਆ। ਉਹਨਾਂ ਨੇ ਇਹ ਜ਼ਰੂਰ ਕਿਹਾ ਹੈ ਕਿ ਭਾਈ ਸਰਬਜੀਤ ਸਿੰਘ ਖਾਲਸਾ ਜੋ ਕਹਿਣਗੇ ਤਾਂ ਉਹਨਾਂ ਦੇ ਨਿਰਭਰ ਜਿਹੜਾ ਪਰਿਵਾਰ ਜਿਹੜਾ ਰਹਾਂਗੇ। ਜੀ ਬਹੁਤ ਸ਼ੁਕਰੀਆ ਵਿਸ਼ਵਜੀਤ ਤਮਾਮ ਜਾਣਕਾਰੀ ਦੇਣ ਦੇ ਲਈ। ਤਾਂ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਇਕੱਠ ਰੱਖਿਆ ਗਿਆ, 19 ਅਗਸਤ ਨੂੰ ਇਕੱਠ ਦੀ ਤਿਆਰੀ ਹੋ ਰਹੀ ਹੈ ਅਤੇ ਬੰਦੀ ਸਿੰਘਾਂ ਅਤੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਲਈ ਪੰਥਕ ਇਕੱਤਰਤਾ ਇਹ ਰੱਖੀ ਗਈ ਹੈ।